ਪਿਛਲੇ 2 ਦਿਨ ਤੋਂ ਜਿਹੜੀ ਰਾਜਸਥਾਨ ਤੇ ਰਾਜਸਥਾਨ ਦੇ ਨਾਲ ਲੱਗਦਾ ਪੰਜਾਬ ਹਰਿਆਣਾ ਦੇ ਵਿੱਚ ਲੋ ਚੱਲ ਰਹੀ ਹੈ ਇਹ 30 ਮਈ 2021 ਨੂੰ ਵੀ ਚੱਲਦੀ रह ਸਕਦੀ ਹੈ ਪਰੰਤੂ ਇਸ ਦੇ ਨਾਲ ਨਾਲ ਮੌਸਮ ਬਦਲਣਾ ਸ਼ੁਰੂ ਹੋ ਜਾਏਗਾ ਤੇ ਇਹ ਜੋ ਮੌਸਮ ਬਦਲੇਗਾ ਅਗਲੇ 4-5 ਦਿਨ ਕੁਝ ਇਲਾਕੇ ਦੇ ਵਿੱਚ ਆਢਾਡੇ ਇਲਾਕੇ ਦੇ ਵਿੱਚ ਵਰਖਾ ਹੁੰਦੇ ਰਹਿਣ ਦੀ ਸੰਭਾਵਨਾ ਹੈ ਵੇ ਅੱਜ ਫਰੋਈਪੁਰ ਹੋ ਗਈ ਤੇ ਕੱਲ ਨੂੰ ਹੁਸ਼ਿਆਰਪੁਰ ਹੋ ਗਈ ਇਸ ਤਰੀਕੇ ਦਾ ਸਿਸਟਮ ਜਿਹੜਾ ਚੱਲਦਾ ਰਹਿਣ ਦੀ ਸੰਭਾਵਨਾ ਹੈ ਆਪਾਂ ਗੱਲ ਕਰਦੇ ਹਾਂ 2 ਜੂਨ 2021 ਤੱਕ ਦੇ ਮੌਸਮ ਦੀ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਫੇਸਬੁੱਕ ਤੇ ਹੋਂ ਤਾਂ ਫੇਸਬੁੱਕ ਪੇਜ ਇਹ ਆਪਣਾ ਜੁਆਇਨ ਕਰ ਸਕਦੇ ਹੋ ਮੇਰਾ ਪੰਜਾਬ ਮੇਰਾ ਕਿਸਾਨ YouTube ਤੇ ਹੋਂ ਤਾਂ ਮੇਰੀ ਖੇਤੀ ਮੇਰਾ ਕਿਸਾਨ YouTube ਚੈਨਲ ਲਾਲ ਬਟਨ ਆਪਕੇ ਸਬਸਕ੍ਰਾਈਬ ਕਰ ਸਕਦੇ ਇਹ ਘਟਨਾਕਰਮ ਕਿਉਂ ਹੋ ਰਿਹਾ ਹੈ ਪਹਿਲਾਂ ਇਹ ਦੇਖਿਆ ਜਾਵੇ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਕਿ ਪਛਮੀ ਡਿਸਟਰਬੈਂਸ ਇਸ ਜਗ੍ਹਾ ਦੇ ਉੱਪਰ ਹੈ ਇਹ ਇੱਥੋਂ ਕਲੀਅਰ ਹੋ ਜਾਏਗਾ ਇਹ ਰਿਹਾ ਪਛਮੀ ਡਿਸਟਰਬੈਂਸ ਹੁਣ ਪਛਮੀ ਡਿਸਟਰਬੈਂਸ ਕਮਜ਼ੋਰ ਹੈ ਕੋਈ ਬਹੁਤਾ ਅਸਰ ਨਹੀਂ ਪਾਉਂਦੇ ਪਰੰਤੂ ਜਿਹੜੀ ਬਾਰਿਸ਼ ਹੈ ਪਛਮੀ ਡਿਸਟਰਬੈਂਸ ਕਰਕੇ ਨਹੀਂ ਹੈ ਇਹ ਜਿਹੜੀ ਪ੍ਰੀ ਮਾਨਸੂਨ ਬਾਰਿਸ਼ ਹੋ ਰਹੀ ਹੈ ਇਹਦੇ ਵਿੱਚ ਕਾਰਨ ਹੈ ਕਿ ਇੱਕ ਤਾਂ ਇਸ ਜਗ੍ਹਾ ਤੇ ਪਾਕਿਸਤਾਨ ਦੇ ਉੱਪਰ ਸਾਈਕਲੋਨਿਕ ਸਰਕੂਲੇਸ਼ਨ ਬਣੀ ਹੈ ਦੂਸਰੀ ਜਿਹੜਾ ਹੈਗਾ ਉੱਤਰੀ ਰਾਜਸਥਾਨ ਦੇ ਉੱਪਰ ਤੇ ਇੱਕ ਪੰਜਾਬ ਦੇ ਉੱਪਰ ਮੌਜੂਦ ਹੈ ਜਿਹਦੇ ਕਰਕੇ ਇਹ ਜੋ ਤੁਸੀਂ ਰੇਖਾ ਦੇਖ ਰਹੇ ਹੋ ਇਹ ਬੱਦਲਾਂ ਦੀ ਟਰਫ ਰੇਖਾ ਇਸ ਤਰੀਕੇ ਦੇ ਨਾਲ نیچے ਨੂੰ ਜਾ ਰਹੀ ਹੈ ਇਹ ਜਾ ਰਹੀ ਹੈ ਇਹ ਰਾਜਸਥਾਨ ਤੋਂ ਦੇ ਨਾਲ ਨਾਲ ਪੰਜਾਬ ਦੇ ਉੱਪਰ ਦੀ ਹੁੰਦੇ ਹੋਏ ਨਵੀਂ ਦਿੱਲੀ ਦੇ ਨਾਲ ਦੀ ਇਹ ਮੱਧ ਪ੍ਰਦੇਸ਼ ਦੇ ਵਿੱਚ ਇਹ ਪਹੁੰਚ ਰਹੀ ਹੈ ਤੇ ਇਹਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਕਿ ਅਰਬ ਸਾਗਰ ਤੋਂ ਹਵਾਵਾਂ ਆ ਕੇ ਮਿਲ ਰਹੀਆਂ ਇਧਰੋਂ ਬੰਗਾਲ ਦੀ ਖਾੜੀ ਤੋਂ ਹਵਾਵਾਂ ਆ ਕੇ ਮਿਲ ਰਹੀਆਂ ਇੱਕ ਸਾਈਕਲੋਨਿਕ ਸਰਕੂਲੇਸ਼ਨ ਇਸ ਜਗ੍ਹਾ ਤੇ ਮੌਜੂਦ ਹੈ ਤਾਂ ਮਤਲਬ ਇਹ ਕਿ ਨਮੀ ਮਿਲ ਰਹੀ ਹੈ ਤਾਪਮਾਨ ਬਹੁਤ ਜ਼ਿਆਦਾ ਤੇ ਗਰਜ ਚਮਕ ਵਾਲੇ ਬੱਦਲ ਕਿਸੇ ਵੀ ਟਾਈਮ ਕਿਸੇ ਵੀ ਜਗ੍ਹਾ ਤੇ ਬਣ ਕੇ ਵਰਖਾ ਕਰ ਸਕਦੇ ਹੈ ਤੇ ਅਗਲੇ 4-5 ਦਿਨਾਂ ਦੇ ਵਿੱਚ ਹਨੇਰੀ ਆਉਣ ਦੀ ਜਿਹੜੀਆਂ ਘਟਨਾਵਾਂ ਐ ਉਹ ਵੀ ਚਲਦੀਆਂ ਰਹਿੰਦੀ ਸੰਭਾਵਨਾ ਹੈ ਤੇ ਹੁਣ ਆਪਾਂ ਵਧੀਏ ਕਿ ਕਿਸ ਤਰੀਕੇ ਦਾ ਮੌਸਮ ਜ਼ਿਲ੍ਹੇ ਵਾਰ ਗੱਲ ਕਰਦੇ ਹਾਂ ਦੇਖੋ ਪਹਿਲਾਂ ਇਹ ਸੰਭਾਵਨਾ ਸੀਗੀ ਕਿ ਪੰਜਾਬ ਹਰਿਆਣਾ ਰਾਜਸਥਾਨ ਦਾ 25% ਹਿੱਸਾ ਵਰਖਾ ਕਵਰ ਕਰੇਗੀ ਮੈਂ ਵੈਦਰ ਫੋਰਕਾਸਟ ਬਲਿਟਨ ਦੀ ਗੱਲ ਕਰ ਰਿਹਾ ਹਾਂ ਜਿਹੜਾ ਕਿ ਸੈਟਰਡੇ 29 ਮਈ 2021 ਨੂੰ ਸ਼ਾਮ ਦੇ 8 ਵਜੇ ਜਾਰੀ ਹੋਇਆ ਤਾਂ ਇਹਦੇ ਵਿੱਚ ਏ ਹੈ ਕਿ ਵਰਖਾ ਜਿਹੜੀ ਹੈਗੀ ਹੈ ਅਗਲੇ 4-5 ਦਿਨ ਵਰਖਾ ਵਾਲੇ ਹੈ ਤੇ ਜੇ ਵਰਖਾ ਨਹੀਂ ਹੋਏਗੀ ਤਾਂ 30 ਮਈ ਨੂੰ ਹੀਟ ਵੇਵ ਵੀ ਚੱਲੇਗੀ ਪੰਜਾਬ ਹਿਮਾਚਲ ਪ੍ਰਦੇਸ਼ ਇੱਥੇ ਇਹ ਜਿਹੜਾ ਹੈਗਾ 29 ਤੇ 30 ਮਈ 2021 ਨੂੰ 25% ਹਿੱਸੇ 'ਚ ਵਰਖਾ ਹੋ ਸਕਦੀ ਹੈ ਜਦੋਂ ਕਿ 31 ਅਤੇ 1 ਜੂਨ ਨੂੰ 31 ਮਈ ਤੇ 1 ਜੂਨ ਨੂੰ 50% ਹਿੱਸਾ ਵਰਖਾ ਕਵਰ ਕਰ ਸਕਦੀ ਹੈ ਹਰਿਆਣਾ ਚੰਡੀਗੜ੍ਹ ਦਿੱਲੀ ਇੱਥੇ 30 ਨੂੰ 25% 31 ਨੂੰ 50% 1 ਜੂਨ ਨੂੰ 75% ਤੇ 2 ਜੂਨ ਨੂੰ 25% ਹਿੱਸੇ 'ਚ ਵਰਖਾ ਹੋ ਸਕਦੀ ਹੈ। ਉੱਤਰਾਖੰਡ ਦੇ ਵਿੱਚ ਇਸ ਸਮੇਂ ਦੌਰਾਨ 50 ਤੋਂ 75% ਏਰੀਆ ਪੱਛਮੀ ਉੱਤਰ ਪ੍ਰਦੇਸ਼ 25% ਗੰਗਾ ਨਗਰ ਹਰਮਾਨਗੜ੍ਹ 25% ਏਰੀਏ ਦੇ ਵਿੱਚ ਵਰਖਾ ਇਸ ਸਮੇਂ ਦੇਖਣ ਨੂੰ ਮਿਲ ਸਕਦੀ ਹੈ। ਮੈਂ ਦੱਸਣਾ ਚਾਹਣਾ ਹੈ ਕਿ ਵਰਖਾ ਤੋਂ ਪਹਿਲਾਂ ਹੀਟ ਵੇਵ ਚੱਲਦੀ ਰਹੇਗੀ। ਵਰਖਾ ਦੇ ਨਾਲ ਹੀ ਹੀਟ ਵੇਵ ਤੋਂ ਰਾਹਤ ਮਿਲੇਗੀ। ਮਾਨਸੂਨ ਦਾ ਐਲਾਨ ਅਗਲੇ 24 ਤੋਂ 48 ਘੰਟੇ ਦੇ ਵਿੱਚ ਕੇਰਲਾ ਵਿਖੇ ਪਹੁੰਚਣ ਦਾ ਐਲਾਨ ਹੋ ਸਕਦਾ ਹੈ ਤੇ ਉਹਦਾ ਆਪਾਂ ਨੂੰ ਇੰਤਜ਼ਾਰ ਰਹੇਗਾ ਬਹੁਤ ਜਲਦੀ ਐਲਾਨ ਹੋਣ ਵਾਲਾ ਹੈ। ਦੋਸਤੋ ਜੇ ਮੀਡੀਆ ਰਿਪੋਰਟ ਜੋ ਚੰਡੀਗੜ੍ਹ ਤੋਂ ਆਈ ਹੈ ਉਹਨੂੰ ਪੜਿਆ ਜਾਵੇ ਤਾਂ ਇਹਨਾਂ ਨੇ ਕਿਹਾ ਕਿ 30-31 ਮਈ ਅਤੇ 1 ਜੂਨ ਭਾਵੇਂ ਕਿ ਸੰਭਾਵਨਾ ਅੱਗੇ ਵੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਪੰਜਾਬ, ਹਰਿਆਣਾ ਇੱਥੇ ਜਿਹੜਾ ਹੈਗਾ ਹਨੇਰੀ ਆ ਸਕਦੀ ਹੈ ਤੇ ਹੀਟ ਵੇਵ 30 ਤੱਕ ਹੀਟ ਵੇਵ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਨਾਲ ਹੀ ਵਰਖਾ ਵੀ ਹੋ ਸਕਦੀ ਹੈ 30 31 ਅਤੇ 1 ਜੂਨ 2021 ਦੇ ਦਰਮਿਆਨ ਜ਼ਿਲ੍ਹੇਵਾਰ ਪੰਜਾਬ ਨੂੰ ਦੇਖੋਗੇ ਸਭ ਤੋਂ ਪਹਿਲਾਂ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮਰਸਾਹ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ 31 ਮਈ 1 ਅਤੇ 2 ਜੂਨ 2021 ਨੂੰ 25% ਏਰੀਆ ਚ ਹਲਕੀ ਵਰਖਾ ਹੋ ਸਕਦੀ ਹੈ ਪੰਜਾਬ ਦੇ ਜਿਹੜੇ ਦੱਖਣੀ ਜ਼ਿਲ੍ਹੇ ਐ ਇਹਨਾਂ ਦੇ ਵਿੱਚ ਵਰਖਾ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਸਤ ਸਾਹਿਬ ਮੋਗਾ ਬਠਿੰਡਾ 30 31 ਅਤੇ 1 ਜੂਨ 2021 ਨੂੰ ਵਰਖਾ ਹੋ ਸਕਦੀ ਹੈ ਤੇ ਵਰਖਾ ਜਿਹੜੀ ਹਲਕੀ ਵਰਖਾ ਤਾਂ ਹੋਵੇਗੀ ਪਰੰਤੂ 31 ਮਈ 2021 ਨੂੰ ਬਠਿੰਡਾ ਮੋਗਾ ਮੁਕਸਰ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਵਰਖਾ 64.4 ਮਿਲੀਮੀਟਰ ਤੱਕ ਜਾ ਸਕਦੀ ਹੈ ਜਦੋਂ ਕਿ ਫਾਜ਼ਿਲਕਾ ਮੁਕਸਰ ਸਾਹਿਬ ਤੇ ਬਠਿੰਡਾ ਦੇ ਵਿੱਚ 1 ਜੂਨ ਨੂੰ ਵੀ 64.4 ਮਿਲੀਮੀਟਰ ਤੱਕ ਵਰਖਾ ਜਾ ਸਕਦੀ ਹੈ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤੇਗੜ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ 31 ਮਈ ਅਤੇ 1 ਅਤੇ 2 ਜੂਨ 2021 ਦੇ ਦਰਮਿਆਨ ਵਰਖਾ ਹੋ ਸਕਦੀ ਹੈ 64.4 ਮਿਲੀਮੀਟਰ ਵਾਲੀ ਜਿਹੜੀ ਵਰਖਾ ਹੈਗੀ ਹੈ ਉਹਦੀ ਸੰਭਾਵਨਾ ਬਰਨਾਲਾ 1 ਜੂਨ ਮਾਨਸਾ 31 ਮਈ ਅਤੇ 1 ਜੂਨ ਸੰਗਰੂਰ 31 ਮਈ ਅਤੇ 1 ਜੂਨ ਤਾਂ ਇਸ ਤਰੀਕ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ 64.4 ਮਿਲੀਮੀਟਰ ਤੱਕ ਵੀ ਵਰਖਾ ਜਾ ਸਕਦੀ ਹੈ ਜੇ ਹੁਣ ਮੌਸਮੀ ਵਾਰਨਿੰਗ ਦੀ ਗੱਲ ਕਰੀਏ ਤਾਂ ਵਾਰਨਿੰਗ ਲਗਭਗ ਪੂਰੇ ਪੰਜਾਬ ਦੇ ਵਿੱਚ ਹੀ ਹੈ ਇਹਨਾਂ ਦਿਨਾਂ ਦੇ ਵਿੱਚ ਠੰਡਾ ਸਟਾਰਮ ਹੈਗਾ ਬਿਜਲੀ ਲਸ਼ਕਣਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਹੈਗੀਆਂ ਤੇ yellow ਵਾਰਨਿੰਗ ਹੈ ਮੇਰੇ ਖਿਆਲ ਚ ਇੱਕ ਇੱਕ ਜ਼ਿਲ੍ਹੇ ਦਾ ਨਾਮ ਲੈਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੈਗੀ ਤਾਂ ਇਹ ਵਾਰਨਿੰਗ ਜਿਹੜੀ ਹੈਗੀ ਹੈ 30 ਮਈ ਤੋਂ ਲੈ ਕੇ 1 ਜੂਨ 2021 ਦੇ ਦਰਮਿਆਨ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਦਿਨ ਹੈ ਮਤਲਬ ਕਿ ਅਗਲੇ 4-5 ਦਿਨਾਂ ਚ ਅਸੀਂ ਮੋਟਾ-ਮੋਟਾ ਕਹਿ ਲਈਏ ਕਿ ਵਰਖਾ ਵੀ ਹੋਊਗੀ ਤੇ ਹਨੇਰੀ ਵੀ ਆਊਗੀ ਕੇਂਦਰ ਸ਼ਾਸਿਤ ਚੰਡੀਗੜ੍ਹ ਐਸ ਸਮੇਂ ਇੱਥੇ ਹਲਕੀ ਵਰਖਾ ਹੋ ਸਕਦੀ ਹੈ ਤੇ 30 ਅਤੇ 1 ਮਈ 2021 ਨੂੰ ਹਨੇਰੀ 30 ਅਤੇ 31 ਮਈ 2021 ਨੂੰ ਹਨੇਰੀ ਤੇ ਥੰਡਰ ਸਟਾਰਮ ਦੀ yellow warning ਇੱਥੇ ਜਾਰੀ ਹੋਈ ਹੈ ਹਰਿਆਣਾ ਦੇ ਵਿੱਚ ਗੱਲ ਕਰੀਏ ਹਰਿਆਣਾ ਦੇ ਦੱਖਣੀ ਜ਼ਿਲ੍ਹੇ ਫਿਰ ਜ਼ਿਆਦਾ ਵਰਖਾ ਵਾਲੇ ਹੋਣਗੇ ਪੰਚਕੁਲਾ ਅੰਬਾਲਾ ਯਮਨਾ ਨਗਰ ਕੋਰਖੇਤਰ ਕੈਥਲ ਕਰਨਾਲ 30 ਮਈ 31 ਮਈ ਅਤੇ 1 ਜੂਨ ਦੇ ਦਰਮਿਆਨ ਹਲਕੀ ਵਰਖਾ ਹੋ ਸਕਦੀ ਹੈ ਜਿਦੋਂ ਕਰਨਾਲ ਕੈਥਲ ਕੋਰਖੇਤਰ ਯਮਨਾ ਨਗਰ ਅੰਬਾਲਾ ਇੱਥੇ 64.4 ਮਿਲੀਮੀਟਰ ਤੱਕ ਵੀ ਵਰਖਾ ਹੋ ਸਕਦੀ ਹੈ ਹਨੇਰੀਤਾ ਨਾਲ ਪੰਜਾਬ ਦੀ ਤਰ੍ਹਾਂ ਇੱਥੇ ਵੀ ਰਹਿਣੀ ਹੈ ਮਹਿੰਦਰਗੜ ਰਿਵਾਰੀ ਝੱਜਰ ਗੁਰੂਗ੍ਰਾਮ ਮਿਵਾਤ ਪਲਵਲ ਫਰੀਦাবাদ ਰੋहतक ਸੋਨੀਪਤ ਪਾਣੀਪਤ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਸਮੇਂ ਦੇ ਦੌਰਾਨ ਹਲਕੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਪਰੰਤੂ 31 ਮਈ 2021 ਨੂੰ ਪਾਣੀਪਤ ਸੋਨੀਪਤ ਰੋहतक ਗੁਰੂਗ੍ਰਾਮ ਝੱਜਰ ਇੱਥੇ 64.4 ਮਿਲੀਮੀਟਰ ਤੱਕ ਵੀ ਵਰਖਾ ਜਾ ਸਕਦੀ ਹੈ ਸਰਸਾ ਫਤਿਹਬਾਦ ਹਿਸਾਰ ਜੀਂਦ ਬਿਵਾਨੀ ਚਰਖੀਦਾਦਰੀ 30 31 ਅਤੇ 1 ਜੂਨ 2021 ਦੇ ਦਰਮਿਆਨ ਵਰਖਾ ਹੋ ਸਕਦੀ ਹੈ ਚਰਖੀਦਾਦਰੀ ਬਿਵਾਨੀ ਜੀਂਦ ਹਿਸਾਰ ਫਤਿਹਬਾਦ ਸਰਸਾ ਇੱਥੇ ਜਿਹੜਾ ਹੈਗਾ ਵਰਖਾ ਦੀ ਦਰ 64.4 ਮਿਲੀਮੀਟਰ ਤੱਕ ਵੀ ਜਾ ਸਕਦੀ ਹੈ ਸਰਸਾ ਫਤਿਹਬਾਦ ਇਸ ਹਾਰ ਦੇ ਵਿੱਚ 1 ਜੂਨ 2021 ਨੂੰ ਵੀ 64.4 ਮਿਲੀਮੀਟਰ ਤੱਕ ਵਰਖਾ ਹੋ ਸਕਦੀ ਹੈ ਤੇ yellow warning ਜਿਹਦੇ ਵਿੱਚ ਥੰਡਰਸਟਾਰਮ ਬਿਜਲੀ ਲਸ਼ਕਣਾ ਇਹ ਹੈ ਇਹ ਲਗਭਗ ਸਾਰੇ ਹੀ ਹਰਿਆਣਾ ਦੇ ਵਿੱਚ ਹੈ ਤੇ ਜੇਕਰ ਆਪਾਂ ਗੱਲ ਕਰੀਏ ਪੰਚਕੁਲਾ 3 31 ਮਈ ਅੰਬਾਲਾ 31 ਮਈ ਤੇ 1 ਜੂਨ ਜਮਨਾ ਨਗਰ 31 ਮਈ ਤੇ 1 ਜੂਨ ਕੁਰੂਕਸ਼ੇਤਰ ਕੈਥਲ ਕਰਨਾਲ 31 ਮਈ ਅਤੇ 1 ਜੂਨ ਨੂੰ yellow warning ਹੈ। ਮਹਿੰਦਰਗੜ੍ਹ, ਰਵਾਰੀ, ਜੱਜਰ, ਗੁਰੂਗਰਾਹ, ਮਿਵਾਤ, ਪਲਵਾਲ, ਫਰੀਦাবাদ, ਰੋहतक, ਸੋਨੀਪੱਤ। 31 ਮਈ 2021 ਤੇ ਇਹਦੇ ਨਾਲ ਨਾਲ ਮਹਿੰਦਰਗੜ੍ਹ, ਰਵਾਰੀ ਦੇ ਵਿੱਚ 30 ਮਈ 2021 ਨੂੰ ਵੀ ਥੰਡਰਸਟਾਰਮ ਤੇ ਬਿਜਲੀ ਲਿਸ਼ਕਣ ਤੇ 30 ਤੋਂ 40 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਦੀ warning ਹੈ। ਸਰਸਾ, ਫਤਿਹਬਾਦ, ਹਿਸਾਰ, ਜੀਂਦ, ਬਿਵਾਨੀ, ਚਰਚੀਦਾਦਰੀ ਇੱਥੇ ਵੀ ਇਸ ਸਮੇਂ ਦੇ ਦੌਰਾਨ ਜਿਹੜਾ ਹੈਗਾ yellow warning ਜਾਰੀ ਕੀਤੀ ਗਈ ਹੈ। ਦੋਸਤੋ ਗੰਗਾ ਨਗਰ ਹਨੂਮਾਨਗੜ ਦੀ ਗੱਲ ਕਰਦੇ ਹਾਂ। ਦੇਖੋ 30 ਮਈ ਤੱਕ ਤਾਂ 파ਰਾ ਉੱਪਰ ਜਾਊਗਾ ਹਾਲਾਤ ਖਰਾਬ ਕਰੇਗਾ 47 ਡਿਗਰੀ ਤੱਕ ਤਾਪਮਨ ਜਾ ਸਕਦਾ ਹੈ। ਲੇਕਿਨ 1 ਜੂਨ ਤੋਂ 4 ਜੂਨ ਦੇ ਵਿਚਕਾਰ ਜਿਹੜਾ ਹੈਗਾ ਇੱਥੇ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਜਿਹਦੇ ਨਾਲ ਤੁਹਾਨੂੰ ਗਰਮੀ ਤੋਂ ਰਾਹਤ ਮਿਲੇਗੀ। ਇਹ ਖਾਸ ਤੌਰ ਤੇ ਗੰਗਾ ਨਗਰ ਤੇ ਹਨੂਮਾਨਗੜ ਦੇ ਲਈ ਇਹ ਹੈ। ਜੇ ਤੁਸੀਂ ਗੰਗਾ ਨਗਰ ਦਾ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕਾ ਹਾਂ ਇਹ ਹੈ ਹਨੁਮਾਨਗੜ ਇਹ ਹਨੁਮਾਨਗੜ ਇਹਨਾਂ ਨੇ ਕਿਹਾ ਕਿ 1 2 3 4 ਜੂਨ ਦੇ ਦਰਮਿਆਨ بارش ਤੇ ਥੰਡਰਸਟਾਰਮ ਤੇ ਨਾਲ ਧੂੜ ਭਰੀ ਹਨੇਰੀ ਇਹਦੀ ਗੱਲ ਇੱਥੇ ਕੀਤੀ ਗਈ ਹੈ ਠੀਕ ਹੈ ਜੀ ਤਾਂ ਅਗਲਾ ਆਉਂਦਾ ਹੈ ਆਪਣਾ ਪੱਛਮੀ ਉੱਤਰ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਵੀ ਇਸੇ ਤਰੀਕੇ ਨਾਲ ਚੱਲੇਗਾ ਤੀ ਕਤੀ ਮਈ 1 ਜੂਨ 2 ਜੂਨ ਇਹ 30 ਤੋਂ 40 ਕਿਲੋਮੀਟਰ ਦੀਆਂ ਹਵਾਵਾਂ ਤੇ ਇਹ ਜਿਹੜਾ ਹੈਗਾ ਬਿਜਲੀ ਲਿਸ਼ਕਣਾ ਹਲਕੀ ਵਰਖਾ yellow warning ਇੱਥੇ ਜਾਰੀ ਹੋਈ ਹੈ ਜੰਮੂ ਖੁਸ਼ਕ ਹੈ ਜੰਮੂ ਦੇ ਵਿੱਚ ਵਰਖਾ ਦੀ ਸੰਭਾਵਨਾ ਬਹੁਤ ਘੱਟ ਹੈ ਹਲਕੀ ਬੱਦਲਬਾਈ ਛਾਏ ਰਹਿਣ ਦੀ ਸੰਭਾਵਨਾ ਹੈ ਤਾਪਮਨ ਜਿਹੜਾ ਹੈਗਾ 39 ਡਿਗਰੀ ਦੇ ਤਕਰੀਬਨ ਬਨੇ ਰਹਿਣ ਦੀ ਸੰਭਾਵਨਾ ਹੈ ਤਾਂ ਦੋਸਤੋ ਇਹ ਜੋ ਮੌਸਮ ਤੁਹਾਨੂੰ ਦੱਸਿਆ ਗਿਆ ਇਹ ਭਾਰਤੀ ਮੌਸਮ ਵਿਭਾਗ ਦੀ ਸਹਾਇਤਾ ਦੇ ਨਾਲ ਜੋ ਉਹਨਾਂ ਨੇ ਦੱਸਿਆ ਉਹ ਮੇਰੇ ਵੱਲੋਂ ਤੁਹਾਨੂੰ ਪੜ੍ਹ ਕੇ ਸੁਣਾ ਦਿੱਤਾ ਗਿਆ ਹੈ ਜੇਕਰ ਕੋਈ ਇਸ ਦੇ ਉੱਪਰ ਅਪਡੇਟ ਆਉਂਦੀ ਹੈ ਤਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਊਗੀ ਧੰਨਵਾਦ ਦੋਸਤੋ ਮਿਹਰਬਾਨੀ